600 करोड़ तो वध जिहड़ा उह साडा पंजाब दे सारियां शुगर मिलां दा, इह चों 300 करोड़ तां सहकारी दा ही है। सानूं जिहड़े हालात दिखदे आ किसान दे बड़े हालात खराब ने। असीं अंकड़े कढ़ाए आ वी जिहड़ी सहकारी मिलां ने, सहकारी मिलां कोल 80 करोड़ दी सारी खंड बाकी आ ते देणा उह नहीं 300 करोड़ आ। बाकी पैसा कित्थे चला गया? ਕੈਪਟਨ ਸਰਕਾਰ ਸਮੇਂ ਵੀ ਇਹ ਮੰਗ ਸੀ, ਤੁਹਾਨੂੰ ਲੱਗਦਾ ਹੁਣ ਜਿਹੜਾ ਭਰੋਸਾ ਦਿੱਤਾ ਖੇਤੀਬਾੜੀ ਮੰਤਰੀ ਕੋਈ ਭਰੋਸਾ ਹੈਗਾ? ਅਸੀਂ ਸੜਕਾਂ ਤੇ ਆਉਣਾ ਨਹੀਂ ਚਾਹੁੰਦੇ, ਅਸੀਂ ਆਪਣੇ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਪਰ ਜਦੋਂ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ, ਡਿਲੇ ਕਰਦੀਆਂ, ਉਹਨੂੰ ਲੰਬਾ ਖਿੱਚ ਲੈਂਦੀਆਂ, ਮਜਬੂਰ ਸਾਨੂੰ ਸੜਕ ਤੇ ਆਉਣਾ ਪੈਂਦਾ। ਜੇਕਰ ਤੁਸੀਂ ਕੋਈ ਹੱਲ ਨਹੀਂ ਕੱਢਦੇ ਤਾਂ ਅਸੀਂ ਉਹ ਵੱਡਾ ਧਰਨਾ ਫਿਰ ਪੰਜਾਬ 'ਚ ਹਾਈਵੇ ਜਾਮ ਕਰਾਂਗੇ, ਕੋਈ ਵੱਡਾ ਇੰਟਰਨੈਸ਼ਨਲ ਹਾਈਵੇ। ਗੰਨੇ ਦੀ ਬਕਾਇਆ ਰਾਸ਼ੀ ਨੂੰ ਲੈ ਕੇ ਅੱਜ ਕਿਸਾਨਾਂ ਦੀ ਪੰਜਾਬ ਭਵਨ ਦੇ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ। ਸਾਡੇ ਨਾਲ ਮਨਜੀਤ ਰਾਏ ਕਿਸਾਨ ਆਗੂ ਹੈਗੇ ਨੇ। ਰਾਏ ਸਾਹਿਬ, ਕਿਹੜੇ ਕਿਹੜੇ ਮੁੱਦੇ ਜਿਹੜੇ ਸੀਗੇ ਤੁਸੀਂ ਲੈ ਕੇ ਗਏ ਸੀਗੇ ਮੰਤਰੀ ਸਾਹਿਬ? ਅੱਜ ਵੱਡਾ ਜਿਹੜਾ ਮੁੱਦਾ ਸੀਗਾ ਉਹ ਸਾਡਾ ਗੰਨੇ ਦਾ ਬਕਾਇਆ, ਜਿਹੜਾ ਕਰੀਬ ਪਿਛਲੇ 2-3 ਸਾਲ ਤੋਂ ਬਕਾਇਆ ਸਾਡਾ ਮਿੱਲਾਂ ਵੱਲ ਖੜਾ ਹੈ, ਔਰ ਉਸ ਬਕਾਏ ਬਾਰੇ ਸੀ ਗੱਲ। ਔਰ ਜਿਹੜੀ ਫਸਲਾਂ ਦੀ ਖਰਾਬੀ ਹੋ ਰਹੀ ਹੈ, ਬਰਬਾਦੀ ਹੋ ਰਹੀ, ਜਿਵੇਂ ਹੁਣ ਮੱਕੀ ਨੂੰ ਸੁੰਡੀ ਪੈ ਰਹੀ ਹੈ, ਉਸ ਨਰਮੇ ਨੂੰ ਸੁੰਡੀ ਪੈ ਰਹੀ ਆ, ਉਹਦੇ ਮੁਆਵਜ਼ੇ ਦੀ ਮੰਗ, ਔਰ ਸਰਕਾਰ ਨੂੰ ਜਿਹੜੀ ਮੂੰਗੀ 'ਤੇ ਖਰੀਦ ਠੀਕ ਢੰਗ ਨਾਲ ਨਹੀਂ ਚੱਲੀ, ਨੁਕਸਾਨ ਕਿਸਾਨਾਂ ਦਾ ਹੋਇਆ, ਉਹਦੀ ਮੰਗ। ਸੋ ਇਹ ਕਾਫੀ ਮੰਗਾਂ ਅਸੀਂ ਰੱਖੀਆਂ ਸਨ ਪੂਰੇ ਪੰਜਾਬ ਦਾ, ਜਿੰਨਾ ਬਕਾਇਆ ਗੰਨੇ ਦਾ, ਖਾਸ ਕਰ ਮੁੱਖ ਮੰਗ ਸਾਡੀ ਇਹ ਸੀ। ਔਰ ਉਹਦੇ ਵਿੱਚੋਂ ਇੱਕ ਫਗਵਾੜਾ ਮਿੱਲ ਜਿਹੜੀ ਹੈ ਉਹਦਾ 3 ਸਾਲ ਦਾ ਬਕਾਇਆ ਖੜਾ ਹੈ, ਔਰ ਉਹਦੇ ਜਿਹੜੇ ਮਾਲਕ ਨੇ ਉਹ ਲਗਭਗ ਬਾਹਰ ਭੱਜ ਗਏ ਨੇ ਇੰਗਲੈਂਡ ਵੱਲ, ਔਰ ਇੱਥੇ ਸਾਨੂੰ ਜਿਹੜੇ ਹਾਲਾਤ ਦਿੱਤੇ ਆ ਉਹ ਕਿਸਾਨ ਦੇ ਬੜੇ ਹਾਲਾਤ ਖਰਾਬ ਨੇ। ਉਹਦੇ ਬਾਰੇ ਮੁੱਖ ਜਿਹੜੀ ਅੱਜ ਸੀਗੀ ਵੀ ਉਹਦੀ ਜਿਹੜੀ ਪ੍ਰੋਪਰਟੀ ਉਹਨਾਂ ਦੀ ਸੇਲ ਕਰਕੇ ਤੁਰੰਤ ਉਹ ਮਿੱਲ ਨੂੰ ਸਰਕਾਰ ਆਪਣੇ ਕਬਜ਼ੇ 'ਚ ਲਵੇ, ਔਰ ਕਬਜ਼ੇ 'ਚ ਲੈ ਕੇ ਕਿਸਾਨਾਂ ਦਾ 72 ਕਰੋੜ ਉਹਨਾਂ ਦੇ ਖਾਤਿਆਂ 'ਚ ਪਾਇਆ ਜਾਵੇ। ਜੇ ਪੂਰੀਆਂ ਸ਼ੂਗਰ ਮਿੱਲ ਦੀ ਗੱਲ, ਕਿੰਨਾ ਕੁ ਜਿਹੜਾ ਗਾ ਪਿਆ ਹੈ? 600 ਕਰੋੜ ਤੋਂ ਵੱਧ ਜਿਹੜਾ ਉਹ ਸਾਡਾ ਪੰਜਾਬ ਦੇ ਸਾਰੀਆਂ ਸ਼ੂਗਰ ਮਿੱਲਾਂ ਦਾ, ਜੇ 'ਚੋਂ 300 ਕਰੋੜ ਤਾਂ ਸਹਿਕਾਰੀ ਦਾ ਹੀ ਹੈ, ਜਿਹੜੀਆਂ ਸਰਕਾਰ ਨਾਲ ਰਿਲੇਟਡ ਨੇ, ਸਰਕਾਰ ਨੇ ਪਾਉਣੇ ਨੇ ਪੈ ਇੱਕ ਤਰ੍ਹਾਂ ਦੇ। ਸੋ ਉਹ ਸਾਰੇ 600 ਕਰੋੜ ਦੀ ਅਸੀਂ ਗੱਲ ਕੀਤੀ ਹੈ। ਉਹਨਾਂ ਨੇ ਇਹ ਸਾਨੂੰ ਕਿਹਾ ਕਿ ਆਪਾਂ ਨੂੰ 2-4 ਦਿਨ ਦਾ ਸਮਾਂ ਦਿਓ। ਅਸੀਂ ਉਹਨਾਂ ਨੂੰ ਕਿਹਾ ਵੀ ਜ਼ਿਆਦਾ ਨਹੀਂ, ਸਾਡੇ ਕੋਲ ਸਮਾਂ ਨਹੀਂ, ਤਾਂ ਅਸੀਂ ਕੋਈ ਵੱਡੀ ਕਾਲ ਦੇਣ ਜਾ ਰਹੇ ਪੰਜਾਬ 'ਚ। ਫਿਰ ਉਹਨਾਂ ਨੇ 22-23 ਨੂੰ ਕਿਹਾ ਜੇ ਅਸੀਂ ਤੁਹਾਨੂੰ ਲੈਟਰ ਕੱਢਾਂਗੇ ਪੂਰੇ SKM ਨੂੰ, ਕਿਉਂਕਿ ਅੱਜ ਇੱਕ ਜਥੇਬੰਦੀ ਆਈ ਆ, ਉਦੋਂ ਨੂੰ ਸਾਰੀਆਂ 31-32 ਜਥੇਬੰਦੀਆਂ ਉਦੋਂ ਸ਼ੂਗਰ ਮਿੱਲ ਦੀ ਤੁਸੀਂ ਗੱਲ ਕਰ ਰਹੇ ਹੋ, ਅਗਰ ਵਿਕਦੀ ਹੈ ਤਾਂ ਜਿਹੜਾ ਪੂਰਾ ਬਕਾਇਆ ਪੂਰਾ ਹੋ ਜਾਊ ਕਿਸਾਨਾਂ ਕੋਲ ਪਹੁੰਚੂਗਾ? ਉਹਨਾਂ ਵੇਖੋ, ਗੱਲ ਇਹ ਹੈ ਕਿ ਇਹ ਤਾਂ ਉੱਥੇ ਦੇ ਜਿਹੜੇ ਮੈਨੇਜਮੈਂਟ ਹੈ ਉਹੀ ਦੱਸ ਸਕਦੀ ਵੀ ਉਹਨਾਂ ਕੋਲ ਖੰਡ ਕਿੰਨੀ ਬਕਾਇਆ ਪਈ ਹੈ। ਕਿਸਾਨ ਨੇ ਤਾਂ ਆਪਣਾ ਗੰਨਾ ਇਹਨਾਂ ਨੂੰ ਦਿੱਤਾ, ਉਹਦੀ ਖੰਡ ਬਣ ਚੁੱਕੀ, ਉਹਦੀ ਬਹੁਤ ਸਾਰੀ ਖੰਡ ਵਿਕ ਗਈ। ਮੈਂ ਇੱਥੇ ਤੁਹਾਡੇ ਕੋਲ ਗੱਲ ਜਿਹੜੀ ਆ ਅਨਆਫੀਸ਼ਲੀ ਉਹ ਕਰਨੀ ਨਹੀਂ ਚਾਹੀਦੀ, ਪਰ ਮੈਂ ਕਰ ਦਿੰਦਾ। ਅਸੀਂ ਅੰਕੜੇ ਕਢਾਏ ਆ ਵੀ ਜਿਹੜੀ ਸਹਿਕਾਰੀ ਮਿੱਲਾਂ ਨੇ, ਸਹਿਕਾਰੀ ਮਿੱਲਾਂ ਕੋਲ 80 ਕਰੋੜ ਦੀ ਸਾਰੀ ਖੰਡ ਬਾਕੀ ਆ ਤੇ ਦੇਣਾ ਉਹ ਨਹੀਂ 300 ਕਰੋੜ ਹੈ। ਇਹਦਾ ਮਤਲਬ ਕੀ ਹੋਇਆ? ਬਾਕੀ ਪੈਸਾ ਕਿੱਥੇ ਹੈ? ਬਾਕੀ ਪੈਸਾ ਕਿੱਥੇ ਚਲਾ ਗਿਆ? ਇਹ ਵੱਡੀਆਂ ਜਿਹੜੇ ਵੱਡੇ ਨਿਕਲਣਗੇ ਸਕੈਮ ਹੁਣ ਬਾਅਦ 'ਚ, ਉਹ ਇਹਨਾਂ ਨੇ ਸਾਨੂੰ ਮੰਤਰੀ ਜੀ ਨੇ ਧਾਰੀਵਾਲ ਸਾਹਿਬ ਨੇ ਭਰੋਸਾ ਦਵਾਇਆ ਵੀ ਸਾਨੂੰ ਥੋੜ੍ਹਾ ਜਿਹਾ ਸਮਾਂ ਦਿਓ, ਅਸੀਂ ਸਾਰਾ ਕੁਝ ਕੱਢ ਕੇ ਸਾਹਮਣੇ ਲਿਆਵਾਂਗੇ। ਲੰਬੇ ਸਮੇਂ ਤੋਂ ਜਿਹੜਾ ਹੈ ਤੁਹਾਡੀ ਮੰਗ ਚੱਲਦੀ ਆ ਰਹੀ, ਕੈਪਟਨ ਸਰਕਾਰ ਸਮੇਂ ਵੀ ਇਹ ਮੰਗ ਸੀਗੀ, ਤੁਹਾਨੂੰ ਲੱਗਦਾ ਹੁਣ ਜਿਹੜਾ ਭਰੋਸਾ ਦਿੱਤਾ ਖੇਤੀਬਾੜੀ ਮੰਤਰੀ ਨੇ ਕੋਈ ਭਰੋਸਾ ਹੈਗਾ? ਨਹੀਂ, ਅਸੀਂ ਤਾਂ ਆਸਮੰਦ ਲੋਕ ਹਾਂ, ਹਮੇਸ਼ਾ ਭਰੋਸਾ ਕਰਕੇ ਮੁੜ ਜਾਂਦੇ ਹਾਂ, ਪਰ ਸਾਡੇ ਕੋਲ ਫਿਰ ਆਖਰੀ ਤਾਂ ਹੀ ਹੋ ਅਸੀਂ ਸੜਕਾਂ 'ਤੇ ਉਤਰਦੇ। ਫਿਰ ਸਾਨੂੰ ਕਈ ਵਾਰੀ ਲੋਕ ਵੀ ਕਹਿੰਦੇ ਨੇ, ਸਰਕਾਰਾਂ ਵੀ ਕਹਿੰਦੀਆਂ ਨੇ ਕਿ ਤੁਸੀਂ ਐਜੀਟੇਸ਼ਨ ਕਿਉਂ ਕਰਦੇ ਆਂ। ਅਸੀਂ ਅੰਦਰ ਵੀ ਹੁਣ ਕਹਿ ਕੇ ਆਏ ਧਾਰੀਵਾਲ ਸਾਹਿਬ ਨੂੰ ਕਿ ਧਾਰੀਵਾਲ ਸਾਹਿਬ, ਅਸੀਂ ਸੜਕਾਂ 'ਤੇ ਆਉਣਾ ਨਹੀਂ ਚਾਹੁੰਦੇ, ਅਸੀਂ ਆਪਣੇ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ, ਪਰ ਜਦੋਂ ਸਰਕਾਰਾਂ ਸਾਡੀ ਗੱਲ ਨਹੀਂ ਸੁਣਦੀਆਂ, ਡਿਲੇ ਕਰਦੀਆਂ, ਉਹਨੂੰ ਲੰਬਾ ਖਿੱਚ ਲੈਂਦੀਆਂ, ਮਜਬੂਰ ਸਾਨੂੰ ਸੜਕਾਂ 'ਤੇ ਆਉਣਾ ਪੈਂਦਾ। ਬਿਲਕੁਲ, ਅਸੀਂ ਕਹਿ ਕੇ ਆਏ ਹਾਂ ਵੀ ਜੇ ਤੁਸੀਂ 25 ਤੋਂ ਪਹਿਲਾਂ ਸਾਡਾ ਕੋਈ ਹੱਲ ਨਾ ਕੱਢਿਆ ਤੇ ਅਸੀਂ 25-26 ਨੂੰ ਕੋਈ ਵੱਡਾ ਧਰਨਾ ਅਨਾਊਂਸ ਕਰਨ ਜਾ ਰਹੇ ਹਾਂ ਪੂਰਾ SKM ਇਕੱਠਾ ਹੋ ਕੇ, ਔਰ ਉਹ ਅਸੀਂ 25-26-27 'ਚ ਕੋਈ ਦਿਨ ਹੋ ਸਕਦਾ। ਜੇਕਰ ਤੁਸੀਂ ਕੋਈ ਹੱਲ ਨਹੀਂ ਕੱਢਦੇ ਤਾਂ ਅਸੀਂ ਉਹ ਵੱਡਾ ਧਰਨਾ ਫਿਰ ਪੰਜਾਬ 'ਚ ਹਾਈਵੇ ਜਾਮ ਕਰਾਂਗੇ, ਕੋਈ ਵੱਡਾ ਇੰਟਰਨੈਸ਼ਨਲ ਹਾਈਵੇ, ਫਿਰ ਨਾ ਸਾਨੂੰ ਕੱਲ ਨੂੰ ਕਹਿਣਾ ਵਰਗਾ ਧਰਨਾ ਸਮਝ ਸਕਦੇ ਆ? ਬਿਲਕੁਲ, ਵੱਡਾ ਧਰਨਾ ਲੱਗੂ, ਜਿਵੇਂ ਕਿ ਪਿਛਲਾ ਕੈਪਟਨ ਸਰਕਾਰ ਦੇ ਟਾਈਮ ਵੀ 5 ਦਿਨ ਚੱਲਿਆ ਸੀ ਰੇਟ ਵਧਾਉਣ ਨੂੰ ਲੈ ਕੇ, ਲਗਾਤਾਰ ਵੀ ਚੱਲ ਰੇਟ ਨੂੰ ਲੈ ਕੇ ਵੀ ਗੱਲ ਹੋਈ ਹੈ ਗੰਨੇ ਦੇ, ਤੁਸੀਂ ਕੀਮਤ ਵਧਾਓ? ਬਿਲਕੁਲ, ਅਸੀਂ ਉਹਨਾਂ ਨੇ ਕਿਹਾ ਵੀ ਤੁਸੀਂ ਹਜੇ ਆਪਣੇ ਅੱਜ ਆ ਬਕਾਏ ਦੀ ਗੱਲ ਕਰ ਲਈ ਹੈ, ਜਿਹੜੀ ਅਗਲੀ ਮੀਟਿੰਗ ਹੋਊਗੀ ਉਹ 'ਚ ਆਪਾਂ ਜਿਹੜੀ ਰੇਟ ਦੀ ਗੱਲ ਉਹ ਵੀ ਕਰਾਂਗੇ। ਅਸੀਂ ਗੱਲ ਰੱਖੀ ਸੀ ਵੀ ਗੰਨੇ ਦਾ ਰੇਟ ਜਿਹੜਾ ਹੁਣ ਉਹ ਸਾਡਾ, ਕਿਉਂ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਲਾਗਤ ਮੁੱਲ ਦੇ ਮੁਤਾਬਕ ਉਹ ਸਾਡਾ ਰੇਟ ਪੂਰਾ ਸਾਨੂੰ ਨਹੀਂ ਮਿਲਦਾ, ਤੇ ਅਸੀਂ ਉਹਨਾਂ ਨੂੰ ਕਿਹਾ ਸੀ ਸਾਡਾ ਰੇਟ ਜਿਹੜਾ ਹੈ ਇਸ ਵਾਰ ਸਾਨੂੰ 400 ਰੁਪਇਆ ਦਿੱਤਾ ਜਾਵੇ। ਕੋਸਟ ਆਫ ਪ੍ਰੋਡਕਸ਼ਨ ਸਾਡੀ 470 ਹੈ, ਪਰ ਉਹ ਸਾਡਾ 400 ਪੂਰਾ ਕੀਤਾ ਜਾਵੇ। ਸੋ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਗਲੀ ਮੀਟਿੰਗ 'ਚ ਉਹਦੇ ਬਾਰੇ ਸਾਰੀ ਚਰਚਾ ਕਰਾਂਗੇ।
सो हुण अगली मीटिंग जिहड़ी आ उह 22 जां 23 नूं सरकार ने कहा उहदे विच वेखांगे हुण की करदी सरकार। धन्नवाद जी गल करन दा। ਤਾਂ ਇਸ ਸਨ ਕਿਸਾਨ ਆਗੂ ਮਨਜੀਤ ਰਾਏ। ਤਾਂ ਇੱਕ ਵਾਰ ਤਾਂ ਕਹਿੰਦੇ ਖੇਤੀਬਾੜੀ ਮੰਤਰੀ ਦੇ ਵੱਲੋਂ ਸਾਨੂੰ ਭਰੋਸਾ ਦਿੱਤਾ ਗਿਆ ਕਿ ਤੁਹਾਡੀ ਮੰਗ ਤੇ ਅਸੀਂ ਗੌਰ ਕਰਾਂਗੇ, ਜੋ ਵੀ ਬਕਾਇਆ ਰਾਸ਼ੀ ਰਹਿੰਦੀ ਹੈ ਗੰਨੇ ਦੀ ਬਕਾਇਆ ਰਾਸ਼ੀ ਕਿਸਾਨਾਂ ਦੀ ਪੈਂਡਿੰਗ ਹੈ ਉਸ ਨੂੰ ਅਸੀਂ ਦਿੱਤਾ ਜਾਏਗਾ। ਤੇ ਫਿਲਹਾਲ ਅਗਲੀ ਮੀਟਿੰਗ ਦੀ ਇਹ ਗੱਲ ਕਰਨੇ ਕਿ ਅਗਲੀ ਮੀਟਿੰਗ ਜਿਹੜੀ ਹੈਗੀ ਆ 22 ਜਾਂ 23 ਤਰੀਕ ਨੂੰ ਦੁਬਾਰਾ ਕਿਸਾਨ ਆਗੂਆਂ ਦੇ ਨਾਲ ਜਿਹੜੀ ਹੈ ਖੇਤੀਬਾੜੀ ਮੰਤਰੀ ਦੀ ਹੋਣ ਜਾ ਰਹੀ ਹੈ। ਜੇਕਰ ਗੱਲ ਕਰੀਏ ਤਾਂ ਬਕਾਇਆ ਰਾਸ਼ੀ ਦਾ ਜਿਹੜਾ ਮਸਲਾ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ, ਭਾਵੇਂ ਕੈਪਟਨ ਸਰਕਾਰ ਦੇ ਸਮੇਂ ਵੀ ਇਹ ਇਹਨਾਂ ਦਾ ਮੁੱਦਾ ਸੀਗਾ ਕਿਉਂਕਿ ਬਕਾਇਆ ਰਾਸ਼ੀ ਜਿਹੜੀ ਕਿਸਾਨਾਂ ਦੀ ਅੜੀ ਹੋਈ ਹੈ। ਤਾਂ ਹੁਣ ਗੱਲ ਕਰ ਰਹੇ ਨੇ ਇਹ ਕਿ ਜੇਕਰ ਸਾਡੀ ਬਕਾਇਆ ਰਾਸ਼ੀ ਸਾਨੂੰ ਨਹੀਂ ਮਿਲਦੀ ਤਾਂ ਅਸੀਂ ਕੋਈ ਪੱਕਾ ਧਰਨਾ ਵੀ ਲਾਵਾਂਗੇ। ਫਿਲਹਾਲ ਜਿਹੜੀ ਅਗਲੀ ਮੀਟਿੰਗ ਦੀ ਤਰੀਕ ਦਿੱਤੀ ਹੈ ਸਰਕਾਰ ਦੇ ਵੱਲੋਂ 22 ਜਾਂ 23 ਨੂੰ ਦੁਬਾਰਾ ਜਿਹੜੀ ਹੈ ਕਿਸਾਨਾਂ ਦੀ ਇਸ ਮਾਮਲੇ ਨੂੰ ਲੈ ਕੇ ਬਕਾਇਆ ਰਾਸ਼ੀ ਨੂੰ ਲੈ ਕੇ ਦੁਬਾਰਾ ਜਿਹੜੀ ਮੀਟਿੰਗ ਹੋਣ ਜਾ ਰਹੀ। ਫਿਲਹਾਲ ਵੇਖਣਾ ਹੋਏਗਾ ਕਿ ਉਸ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲਦਾ ਹੈ ਜਾਂ ਨਹੀਂ। ਕੈਮਰਾਮੈਨ ਸੁਨੀਲ ਦੇ ਨਾਲ ਕਮਲਦੀਪ ਕੌਰ, ਚੰਡੀਗੜ੍ਹ।